ਪੱਚੀ ਪੰਜਾਹ ਕੋਈ ਸਾਨੂੰ ਸਾਥੋਂ ਤਾਹਾਂ ਦਿਖਾ ਕੋਈ ਸਾਨੂੰ ਸਾਥੋਂ ਤਾਹਾਂ ਦਿਖਾ ਉਹਦੇ ਉੱਤੇ ਦੇਖ ਉੱਤੇ ਕੌਣ ਉੱਤੇ ਮੈਂ ਡੇਲੀ ਪੰਜਾਬ ਟੀਵੀ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ। ਇਸ ਅਪਡੇਟ ਦੇ ਵਿੱਚ ਗੱਲ ਕਰਦੇ ਹਾਂ ਕਰਨ ਔਜਲੇ ਅਤੇ ਅਰਜਨ ਢਿੱਲੋਂ ਬਾਰੇ। ਅਰਜਨ ਢਿੱਲੋਂ ਦਾ ਗੀਤ ਆਇਆ ਸੀ 25-25-50 ਕੋਈ ਸਾਥੋਂ ਉੱਤੇ ਦਿਖਾ, ਜਿਸ ਤੋਂ ਬਾਅਦ ਕਰਨ ਔਜਲੇ ਦੀਆਂ ਸਟੋਰੀਆਂ ਵਾਇਰਲ ਹੋਈਆਂ ਕਿ ਉੱਤੇ ਕੌਣ ਉੱਤੇ ਮੈਂ, ਅਤੇ ਕਿਆ ਸਰਾਈਆਂ ਲਗਾਈਆਂ ਗਈਆਂ ਕਿ ਕਰਨ ਔਜਲੇ ਨੇ ਅਰਜਨ ਢਿੱਲੋਂ ਨੂੰ ਟਾਰਗੇਟ ਕੀਤਾ, ਉਸੇ ਨੂੰ ਰਿਪਲਾਈ ਕੀਤਾ। ਪਰ ਹੁਣ ਕਰਨ ਔਜਲੇ ਨੇ ਸਟੋਰੀ ਪਾ ਕੇ ਇੱਕ ਗੱਲ ਕਲੀਅਰ ਕੀਤੀ ਹੈ। ਕਰਨ ਨੇ ਕਿਹਾ ਕਿ ਇਹ ਗੀਤ ਦਾ ਆਈਡੀਆ 5 ਸਤੰਬਰ ਨੂੰ ਮੈਨੂੰ ਸਵੇਰੇ ਕਰੀਬ 5 ਵਜੇ ਆਇਆ ਸੀ ਅਤੇ ਅਸੀਂ ਇਹ ਗੀਤ ਬਣਾਉਣਾ ਸ਼ੁਰੂ ਕੀਤਾ। ਇਹ ਕੋਈ ਰਿਪਲਾਈ ਨਹੀਂ, ਕੋਇੰਸੀਡੈਂਟਲੀ ਆਈਡੀਆ ਕਲੈਸ਼ ਹੋ ਗਿਆ, ਆਈਡੀਆ ਮਿਲ ਗਿਆ। ਕਿ ਕਿਸੇ ਨੂੰ ਰਿਪਲਾਈ ਨਾ ਸਮਝੋ, ਮੈਂ ਕੋਈ ਰਿਪਲਾਈ ਨਹੀਂ ਲਿਖਿਆ, ਐਵੇਂ ਗੱਲ ਵੀ ਨਾ ਚੱਕਿਆ ਕਰੋ। ਬਾਕੀ ਜਿਵੇਂ ਸਮਝਣਾ ਸਮਝੋ, ਅਸੀਂ ਕੰਮ ਕਰ ਰਹੇ ਹਾਂ, ਜਾਣ ਕੇ ਕੁਝ ਨਹੀਂ ਕਰ ਰਹੇ। ਬਾਕੀ ਜਲਦ ਇਹ ਗੀਤ ਰਿਲੀਜ਼ ਕਰਨ ਬਾਰੇ ਵੀ ਕਰਨ ਔਜਲੇ ਨੇ ਇਹ ਗੱਲ ਆਖੀ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।